ਬਾਪੂ ਅੱਜ ਫੇਰ ਆਟਾ ਮੁੱਕ ਗਿਆ। ਬਾਪੂ ਮੈਨੂੰ ਭੁੱਖ ਬਹੁਤ ਲੱਗੀ ਸੀ, ਨਾਲੇ ਰੋਟੀਆਂ ਵਾਲਾ ਛਾਬਾ ਵੀ ਖਾ ਲਈ ਆ ਬਾਪੂ। ਉਹ ਆਟਾ ਦਾ ਕੀ ਕਰਦਾ, ਸਾਰਾ ਹੀ ਰਾਚੜ ਮੁੱਕਿਆ ਪਿਆ ਆ, ਜਾਂ ਲਾਲੇ ਦੀ ਹੱਡੀ ਤੋਂ ਜਾ ਕੇ ਲੈ ਆ। ਬਾਪੂ ਮੈਂ ਨਹੀਂ ਜਾਣਾ ਲਾਲੇ ਤੋਂ, ਉਹ ਅੱਗੇ ਵਾ ਬੋਲਦਾ ਵਾ, ਕਹਿੰਦਾ ਪਿਛਲੇ ਪੈਸੇ ਦਿਓ ਤਾਂ ਜਾ ਕੇ ਸਮਾਨ ਦੇਣਾ ਮੈਂ। ਇੱਕ ਤਾਂ ਪੁੱਤ ਨਸ਼ੇੜੀਆਂ ਨੇ ਮੋਟਰਸਾਈਕਲ ਮਾਰ ਕੇ ਨਾ ਮੇਰੀ ਲੱਤ ਵੀ ਤੋੜਤੀ, ਜਿਹੜੇ ਦਿਹਾੜੀ ਕਰਕੇ ਚਾਰ ਪੈਸੇ ਕਮਾਉਂਦਾ ਸੀ ਮੈਂ ਉਹਨਾਂ ਤੋਂ ਵੀ ਜਾਂਦਾ ਲੱਗਾ। ਚੱਲ ਕੋਈ ਨਾ, ਤੂੰ ਲਾਲੇ ਦੇ ਜਾ ਮੇਰਾ ਸ਼ੇਰ ਪੁੱਤ। ਪਰ ਬਾਪੂ ਯਾਰ ਪੁੱਤ ਆਪਾਂ ਰੋਟੀ ਵੀ ਖਾਣੀ ਆ, ਜਾ ਪੁੱਤ ਜਾ ਜਾ ਤੂੰ। ਭੁੱਖ ਵੀ ਕੈਸੀ ਚੀਜ਼ ਰੱਬਾ ਬੰਦੇ ਨੂੰ ਪੜਨੇ ਪਾ ਦਿੰਦੀ, ਜੇ ਆ ਜਾਵੇ ਕਿਤੇ ਆਈ ਤੇ ਰਾਜੇ ਤੋਂ ਭੀਖ ਮੰਗਾ ਦਿੰਦੀ। ਇਹ ਦੁਨੀਆ ਭੱਜੀ ਫਿਰਦੀ ਆ, ਜ਼ਿੰਦਗੀ ਚ ਬੜੀਆਂ ਥੋੜਾ ਨੇ, ਬੰਦਾ ਤੇ ਮੁੱਕਦਾ ਮੁੱਕ ਜਾਂਦਾ ਪਰ ਮੁੱਕਦੀਆਂ ਨਾ ਕਦੇ ਲੋੜਾਂ ਨੇ। ਮਜਬੂਰੀ ਐਸੀ ਚੀਜ਼ ਰੱਬਾ ਬੰਦਾ ਰੋਲ ਦਿੰਦੀ ਆ ਚੋਟੀ ਦਾ, ਜੇ ਠੇਡ ਨਾ ਹੋਵੇ ਕੋਈ ਨਾ ਰੋਵੇ, ਇਹ ਮਸਲਾ ਸਾਰਾ ਰੋਟੀ ਦਾ। ਬੜੀ ਸਵਾਦ ਆ, ਬੜੀ ਸਵਾਦ, ਬੜੀ ਸਵਾਦ ਬੜੀ ਸਵਾਦ ਖਾਣੀ। ਲਾਲਾ ਜੀ ਹਾਂਜੀ, ਦੇਖੀ ਧਿਆਨ ਨਾ ਜਾਈ ਤੇਰਾ ਪਿਆਮਾ ਨਾ ਥੱਲੇ ਉਹਦੇ ਪਏ। ਲਾਲਾ ਜੀ 5 ਕਿਲੋ ਆਟਾ, 5 ਕਿਲੋ ਖੰਡ ਤੇ 1 ਲੀਟਰ ਤੇਲ ਦੀ ਬੋਤਲ ਦੇ ਦੋ। ਸਮਾਨ ਲੈਣ ਤਾਂ ਤੂੰ ਆ ਗਿਆ, ਪੈਸੇ ਨਾਲ ਲੈ ਕੇ ਆਉਂਦੇ ਆ। ਉਹ ਯਾਰ ਸਾਰੀ ਉਮਰ ਸਮਾਨ ਮੁਫ਼ਤ ਲੈਣਾ ਆ। ਲਾਲਾ ਜੀ ਬਾਪੂ ਦੀ ਲੱਤ ਟੁੱਟ ਗਈ ਸੀ, ਲੱਤ ਟੁੱਟਣ ਨਾਲ ਤਾਂ ਜੀ ਉਹਨਾਂ ਦਾ ਕੰਮ ਸਾਰਾ ਛੁੱਟ ਗਿਆ। ਹੁਣ ਸਾਨੂੰ ਜਦੋਂ ਵੀ ਕਿਤੇ ਪੈਸੇ ਦਾ ਹਿੱਲਾ ਹੁੰਦਾ ਪਹਿਲਾਂ ਮੈਂ ਤੁਹਾਡੇ ਦੇ ਕੇ ਆਊਂਗਾ ਜੀ। ਲਾਲਾ ਜੀ ਇਹਨਾਂ ਦਾ ਨਹੀਂ ਪਤਾ ਹੈਗਾ ਪੈਸੇ ਕਦੋਂ ਦੇਣੇ ਆ, ਮੈਂ ਸਾਰਾ ਸਮਾਨ 50-50 ਕਰ ਲੈਂਦਾ। ਚੱਲ ਕੋਈ ਨਾ ਕਰਦੇ ਕਰਦੇ। ਕਾਕਾ ਮੈਂ ਇਹਦਾ ਖਿਆਲ ਰੱਖੀ। ਠੀਕ ਹੈ ਲਾਲਾ ਜੀ ਮੈਂ ਰੱਖੂੰਗਾ ਧਿਆਨ। ਕਿੱਦਾਂ ਹਾਲ ਸੁੱਖਿਆ, ਇਹਨੂੰ ਕੀ ਹੋ ਗਿਆ ਹੁਣ? ਕੁਛ ਨੀ ਯਾਰ, ਚੈਨ ਉਤਰ ਗਈ ਸੀ। ਉਹ ਝੋਲੇ ਚ ਕੀ ਪਾਇਆ ਬੈਂਕ ਤੋਂ? ਆ ਲੱਗਦਾ ਪੈਸੇ ਪੂਸੇ ਹੋਣੇ ਆ ਵਿੱਚ। ਕੁਛ ਨੀ ਬਾਈ, ਘਰ ਦਾ ਰਾਸ਼ਨ ਆਏ ਤਾਂ। ਤੇਰੇ ਘਰੋਂ ਹੀ ਆਏ ਆ? ਤੈਨੂੰ ਦੱਸਣਾ ਸੀ ਕੱਲ ਜੀਤੇ ਦਾ ਜਨਮ ਦਿਨ ਆ,
सारे यारा दोस्तों ने आना, तू भी टाइम नाल आ जी। चल चंगा फिर। झोला सांभली इतने ना छड़ दी। अपने यारा दोस्तां नूं पार्टी ਅਸੀਂ ਅੱਜ ਦੇ ਰਾਜੇ ਹਾਂ ਸਾਡਾ ਪਤਾ ਨਹੀਂ ਕੱਲ ਦਾ ਡਾਲਰਾਂ ਵਾਂਗੂ ਨਹੀਂ ਨਾਮ ਸਾਡਾ ਚੱਲਦਾ ਆਓ ਡਾਲਰਾਂ ਵਾਂਗੂ ਨਹੀਂ ਨਾਮ ਸਾਡਾ ਚੱਲਦਾ मैं देखे लोग भुखे मरते देखे ओ भी जो रोटी दी इज्जत ना करते तू मंगा रोटी सुटदा है सारी
मैं देखे वह भी जो तेरी झूठ नाल टिड ने भरते। रोटी दी तू इज्जत कर, ये टावे टावे नू ही मिलती, तू खावे तीन टैम दी। मैं देखे वह भी जिन्हों एक टैम भी नहीं मिलती, जिन्हों एक टैम भी नहीं मिलती। सारा ही रचड़ मुकया पिया आ। ਸਾਡਾ ਵੀਡੀਓ ਬਣਾਉਣ ਦਾ ਮੇਨ ਮੋਟਿਵ ਇਹ ਸੀ, ਜਿਵੇਂ ਵਿਆਹ ਸ਼ਾਦੀਆਂ ਦੇ ਪਾਰਟੀਆਂ ਵਿੱਚ ਖਾਣ ਦਾ ਸਮਾਨ ਵੇਸਟ ਹੁੰਦਾ, ਉਹਨੂੰ ਵੇਸਟ ਕਰਨ ਦੀ ਬਜਾਏ ਕਿਸੇ ਗਰੀਬ ਦੇ ਮੂੰਹ ਪਾ ਦਿੱਤਾ ਜਾਵੇ। ਸਾਡਾ ਵੀਡੀਓ ਬਣਾਉਣ ਦਾ ਮੇਨ ਮੋਟਿਵ ਇਹ।